न्यूमेरिकल शुरू करने लगे हैं थर्ड बी दे। ठीक है, एक बार जो फॉर्मूले दिमाग चलाओ पहले फिर करिए शुरू। ठीक है, बहुत अच्छे टॉपिक है कीता सीगा कि जे चार्ज पार्टिकल अपना इलेक्ट्रिक फील्ड दे अंडर मूव करे, जे चार्ज पार्टिकल इलेक्ट्रिक फील्ड दे अंडर मूव करे या चार्ज पार्टिकल मैग्नेटिक फील्ड दे अंडर मूव करे तो उसते फोर्स लगती है। ठीक है, तो इलेक्ट्रिक लॉरेंस फोर्स अपन नाम देता सी इलेक्ट्रिक फील्ड करके, मैग्नेटिक लॉरेंस फोर्स नाम देता सी मैग्नेटिक फील्ड करके। ते दो फॉर्मूले बने से फोर्स दे, F equal to QE इलेक्ट्रिक लॉरेंस फोर्स से भी, और दूसरे पास से F B equal to BQB, F equal to BQB sin theta मैग्नेटिक लॉरेंस फोर्स से भी। ते इना दोना दी कंबाइंड फोर्स जेडी से भी, जब दोनों फील्ड इकट्ठे लाई कर दे ते फार्मूला अपना बनया सी Q into E plus B cross B। और एदे विच इक सब केस ए बनाया सी, कुछ फार्मूले विच ने बाद च दसदा। बराबर डिफाइन किया। जो चार्ज पार्टिकल इलेक्ट्रिक फील्ड पैराबोलिक पाथ से मूव करता नेचर ऑफ पाथ जिहड़ा ट्रैजेक्टरी जिहड़ी होगी इस रिलेशन नूं जस्टिफाई करती है। पार्टिकल मूव सेंट्रीपिटल फोर्स मैग्नेटिक फोर्स इक्वेट करके आप रेडियस का फॉर्मूला बनाया। बाकी सारे बना सकते हो, जे मैं वेलोसिटी कढ़नी ओही इच्चों बन जाना, एंगुलर वेलोसिटी कढ़नी, टाइम पीरियड कढ़ना, फ्रीक्वेंसी कढ़नी, कैनेटिक एनर्जी कढ़नी, ये सारे दे सारे फॉर्मूले बी तो बन जाने। ਇਹਦੀ ਜੇ ਤੋਂ ਵੈਲੋਸਿਟੀ ਕੱਢ ਲਈਏ ਤੇ ਵੈਲੋਸਿਟੀ ਦਾ ਫਾਰਮੂਲਾ v/m। ਠੀਕ ਹੈ, ਤੇ ਜੇ v ਨੂੰ r ਓਮੇਗਾ ਲਿਖ ਲਵਾਂ ਤੇ ਉਹਦੇ ਤੋਂ ਆਪਾਂ ਐਸਐਚ ਇਹਨੂੰ ਆ ਡਿਫਾਈਨ ਕੀਤਾ ਸੀ r ਓਮੇਗਾ ਇਕੁਅਲ ਟੂ v/r/m, r ਕੈਨਸਲ ਕਰਕੇ ਓਮੇਗਾ ਦਾ ਫਾਰਮੂਲਾ, ਯਾਨੀ ਓਮੇਗਾ ਦਾ ਫਾਰਮੂਲਾ ਆ ਗਿਆ v/m। ਠੀਕ ਹੈ, ਓਮੇਗਾ ਨੂੰ 2π/T ਟਾਈਮ ਪੀਰੀਅਡ ਦੀ ਫਾਰਮ ਚ ਲਿਖ ਦਵਾਂ। टाइम पीरियड का फॉर्मूला बन गया सी 2πm/dq। ठीक है, और फ्रीक्वेंसी SSH टाइम पीरियड का रेसिप्रोकल, यानी उसका फॉर्मूला bq/2πm। आ स्टार्टिंग अपने कुछ फॉर्मूले हैगे, जे इना च किसे वेरिएबल दा किसे नु कोई भी डाउट आ कोई कोई दस, जे इने फॉर्मूले क्लियर आ ते आपां पहलो इना रिलेटेड न्यूमेरिकल करांगे फिर अगले बाकी दे आपां फॉर्मूले लवांगे। सर टी वाला दस्यो टाइम पीरियड,
ਇਸੇ ਥਾਂ ਤੋਂ ਓਮੇਗਾ ਨੂੰ 2 ਪਾਈ ਬਾਈ ਟੀ ਲਿਖ ਦਵਾਂ ਤੇ 2 ਪਾਈ ਬਾਈ ਟੀ ਚੋਂ ਫਿਰ ਟੀ ਦਾ ਫਾਰਮੂਲਾ ਬਣਾਵਾਂ ਤੇ ਆ ਬਣ ਜਾਣਾ। ਓਕੇ ਸਰ। ਹਾਂਜੀ, ਕਿਸੇ ਹੋਰ ਦਾ ਕੋਈ ਵੀ ਡਾਊਟ ਹੈਗਾ ਤੇ ਬੋਲੋ ਜ਼ਰੂਰ ਇੱਕ ਵਾਰੀ। ਕਿਆ ਵੇਰੀਏਬਲ ਸਾਰੇ ਫਾਰਮੂਲੇ ਸਾਰੇ ਕਲੀਅਰ ਹੈ ਜਿੰਨੇ ਕੀਤੇ ਆਪਾਂ? ਯੈਸ ਸਰ। ਚਲੋ। ਯੈਸ ਸਰ। ਫਸਟ ਨੰਬਰ ਯੈਸ ਸਰ। ਸਟੇਟਮੈਂਟ ਸ਼ੁਰੂ ਕਰ ਰਿਹਾ ਫਸਟ ਨੰਮੈਰੀਕਲ ਦੀ। ਨੰਮੈਰੀਕਲ ਹੈਗਾ ਆਪਣੇ ਕੋਲ ਵਟ ਇਜ਼ ਦਾ ਰੇਡੀਅਸ ਆਫ ਪਾਥ ਆਫ ਐਨ ਇਲੈਕਟ੍ਰੋਨ। ਇੱਕ ਮਿੰਟ ਤੁਸੀਂ ਪੜ੍ਹਿਓ, ਮੈਂ ਸ਼ੀਟ ਚੁੱਕਾਂ ਜੇ ਮੇਰੇ ਕੋਲ ਸ਼ੀਟ ਪਈ। ਨਹੀਂ, ਚਲੋ ਫਸਟ ਨੰਮੈਰੀਕਲ ਹੈਗਾ ਵਟ ਇਜ਼ ਦਾ ਰੇਡੀਅਸ ਆਫ ਪਾਥ ਆਫ ਐਨ ਇਲੈਕਟ੍ਰੋਨ। ਉਹਦਾ ਮਾਸ ਦਿੱਤਾ, ਚਾਰਜ ਦੱਸ ਦਿੱਤਾ, ਮੂਵਿੰਗ ਐਟ ਏ ਸਪੀਡ ਆਫ 3×10⁻¹⁷ ਮੀਟਰ ਪਰ ਸੈਕਿੰਡ। ਇਨ ਏ ਮੈਗਨੈਟਿਕ ਫੀਲਡ ਆਫ 6×10⁻⁴ ਟੈਸਲਾ ਪਰਪੈਂਡੀਕੁਲਰ ਟੂ ਇਟ। ਯਾਨੀ ਜਿਹੜਾ ਇਲੈਕਟ੍ਰੋਨ ਹੈਗਾ ਉਹ ਆਪਣੇ ਪਾਥ ਤੋਂ ਮੈਗਨੈਟਿਕ ਫੀਲਡ ਦੇ ਪਰਪੈਂਡੀਕੁਲਰ ਮੂਵ ਕਰਦਾ। ਤੇ ਆਪਾਂ ਹੁਣੀ ਗੱਲ ਕਰ ਗਏ ਨੇ ਕਿ ਜੇ ਚਾਰਜ ਪਾਰਟੀਕਲ, ਠੀਕ ਹੈ, ਜੇ ਚਾਰਜ ਪਾਰਟੀਕਲ ਵੀ ਵੈਲੋਸਿਟੀ ਨਾਲ ਮੈਗਨੈਟਿਕ ਫੀਲਡ ਤੋਂ ਪਰਪੈਂਡੀਕੁਲਰ ਮੂਵ ਕਰਦਾ ਤੇ ਉਸ ਪਾਰਟੀਕਲ ਤੇ ਫੋਰਸ ਲੱਗਣੀ ਜਿਹਨੇ ਪਾਰਟੀਕਲ ਨੂੰ ਸਰਕਲ ਚ ਘੁਮਾ ਦੇਣਾ। ਤੇ ਜੇ ਪਾਰਟੀਕਲ ਸਰਕੂਲਰ ਪਾਥ ਤੇ ਮੂਵ ਕਰਦਾ ਤੇ ਉਹਦੇ ਰੇਡੀਅਸ ਦਾ ਆ ਫਾਰਮੂਲਾ ਬਣ ਜਾਣਾ। ਕਿ ਇਹਨੀ ਗੱਲ ਸਮਝ ਲੱਗ ਰਹੀ? ਯੈਸ ਸਰ। ਯੈਸ ਸਰ। ਇਸੇ ਦੇ ਬਿਹਾਫ ਦੇ ਉੱਤੇ ਉਹਨੇ ਆਪਾਂ ਨੂੰ ਕਿਹਾ ਵਾ, ਕਹਿੰਦਾ ਜੀ ਵਟ ਇਜ਼ ਦਾ ਫ੍ਰੀਕੁਐਂਸੀ ਕੈਲਕੂਲੇਟ ਦਾ ਐਨਰਜੀ ਇਨ ਕਿਲੋ ਇਲੈਕਟ੍ਰੋਨ ਵੋਲਟ। ਤਿੰਨ ਵੇਰੀਏਬਲ ਪੁੱਛੇ ਬੇਟਾ, ਜੋ ਗਿਵਨ ਹੈ ਪਹਿਲਾਂ ਉਹ ਲਿਖ ਲਈਏ। ਆਪਣੇ ਕੋਲ ਇੱਕ ਉਹਨੇ ਐਸਐਚ ਕਿਹਾ ਜੀ ਰੇਡੀਅਸ ਆਫ ਪਾਥ ਕੱਢੋ, ਠੀਕ ਹੈ। ਇਲੈਕਟ੍ਰੋਨ ਆ, ਇਲੈਕਟ੍ਰੋਨ ਦਾ ਮਾਸ 9.1×10⁻¹³ ਕਿਲੋਗ੍ਰਾਮ, ਉਹ ਵੀ ਗਿਵਨ ਆ। ਚਾਰਜ ਆਫ ਇਲੈਕਟ੍ਰੋਨ 1.6×10⁻¹⁹ ਕੂਲੰਬ, ਆ ਵੀ ਨੋਨ ਆ, ਠੀਕ ਹੈ। ਤੇ ਅੱਗੇ ਉਹਨੇ ਆਪਾਂ ਨੂੰ ਕਿਹਾ ਕਿ ਮੈਗਨੈਟਿਕ ਫੀਲਡ ਦੀ ਸਟਰੈਂਥ ਜਿਹੜੀ ਆ, ਮੈਗਨੈਟਿਕ ਦੀ ਸਟਰੈਂਥ ਗਿਵਨ ਆਪਣੇ ਕੋਲ ਬੀ, ਠੀਕ ਹੈ, ਔਰ ਉਹਦੀ ਵੈਲਿਊ ਹੈਗੀ 6×10⁻¹⁴ ਟੈਸਲਾ। ਔਰ ਪਾਰਟੀਕਲ ਮੂਵ ਕਰਦਾ ਪਿਆ ਵਿਦ ਸਪੀਡ ਆਫ 3×10⁻¹⁷ ਮੀਟਰ ਪਰ ਸੈਕਿੰਡ। ਆ ਵੇਰੀਏਬਲ ਗਿਵਨ ਆ। ਇੱਕ ਉਹਨੇ ਰੇਡੀਅਸ ਪੁੱਛਿਆ, ਇੱਕ ਉਹਨੇ ਆਪਣੇ ਕੋਲ ਫ੍ਰੀਕੁਐਂਸੀ ਪੁੱਛੀ, ਇੱਕ ਉਹਨੇ ਆਪਣੇ ਕੋਲ ਕਿਨੈਟਿਕ ਐਨਰਜੀ ਪੁੱਛੀ। ਐਨਰਜੀ ਦਾ ਮਤਲਬ ਜਿਹੜੀ ਕਿਨੈਟਿਕ ਐਨਰਜੀ, ਕਿਉਂਕਿ ਇਲੈਕਟ੍ਰੋਨ ਮੋਸ਼ਨ ਚ ਆ, ਠੀਕ ਹੈ। ਕਿਨੈਟਿਕ ਐਨਰਜੀ ਤੁਸੀਂ ਜੋ ਕੱਢੋਗੇ ਉਹ ਜਾਊਲ ਚ ਹੋਏਗੀ। ਉਹਨੇ ਉਹਨੂੰ ਕਿਹਾ ਜੀ ਉਹਨੂੰ ਐਸ ਐਚ ਕਿਲੋ ਇਲੈਕਟ੍ਰੋਨ ਵੋਲਟ ਚ ਚੇਂਜ ਕਰ ਦਿਓ। ਤੇ ਕਨਵਰਜਨ ਆਪਣੇ ਕੋਲ ਸਟੈਂਡਰਡ ਆ ਹੈਗੀ ਆ 1×10⁻¹⁹ ਜਾਊਲ ਆ। ਤੇ ਜੇ ਕਿਲੋ ਕਰਨਾ ਤੇ 3 ਪਾਵਰ ਇਧਰੋਂ ਐਡਜਸਟ ਕਰ ਦਾਂਗੇ। ਕਿਆ ਅਗਲਾ ਕਲੀਅਰ ਆ? ਯੈਸ ਸਰ। ਇਨ ਮੈਡੀਕਲ ਦੇ ਵਿੱਚ ਜਿਹੜੇ ਫਾਰਮੂਲੇ ਆ ਉਹ ਸਿੱਧੇ ਸਿੱਧੇ ਫਾਰਮੂਲੇ ਆ ਜੀ, ਠੀਕ ਹੈ। ਆਪਣੇ ਕੋਲ ਵੀ ਨੋ ਦੈਟ ਫਸਟ ਪਾਰਟ ਵਾਸਤੇ ਆਰ ਦਾ ਫਾਰਮੂਲਾ MV/Bq, ਮਾਸ ਤੇ ਚਾਰਜ ਨੋ ਨਹੀਂ ਹੁੰਦਾ, ਵੈਲੋਸਿਟੀ ਤੇ ਮੈਗਨੈਟਿਕ ਇਕੁਏਸ਼ਨ ਜਾ ਕੇ ਸਿਰਫ ਵੇਰੀਏਬਲ ਪੁੱਟ ਅਪ ਕਰੋਗੇ ਤੁਸੀਂ, ਠੀਕ ਹੈ। ਸੈਕਿੰਡ ਫਾਰਮੂਲਾ ਫ੍ਰੀਕੁਐਂਸੀ ਦਾ ਉਹਨੇ ਕਿਹਾ ਤਾ, ਉਹ ਵੀ ਆਪਣੇ ਕੋਲ ਡਿਵੈਲਪ ਹੈਗਾ ਵਾ। ਫ੍ਰੀਕੁਐਂਸੀ ਦਾ ਫਾਰਮੂਲਾ BQ/2πf, ਠੀਕ ਹੈ। ਵੇਰੀਏਬਲ ਇਹਦੇ ਵੀ ਆਪਣੇ ਕੋਲ ਸਾਰੇ ਹੈਗੇ ਆ। ਤੇ ਥਰਡ ਫਾਰਮੂਲਾ ਉਹਨੇ ਆਪਣੇ ਕੋਲ ਕਹਿਤਾ ਵਾ ਜਿਹੜਾ ਕਿਨੈਟਿਕ ਐਨਰਜੀ। ਕਿਨੈਟਿਕ ਐਨਰਜੀ ਦਾ ਫਾਰਮੂਲਾ ਸਿੱਧਾ ਯਾਦ ਰੱਖਣਾ, ਉਹ ਰੱਖ ਲਓ, ਅਦਰਵਾਈਜ਼ 1/2 mv² ਲਿਖ ਕੇ ਤੇ ਬੀ ਦੀ ਵੈਲਿਊ ਭਰ ਦਿਓ, ਠੀਕ ਹੈ। ਫਾਰਮੂਲਾ ਬਣ ਜਾਣਾ B²Q²R² / 2m। ਆ ਬੀ ਦੀ ਵੈਲਿਊ, ਠੀਕ ਹੈ, ਬੀ ਦੀ ਵੈਲਿਊ 1/2 mv² ਚ ਭਰ ਦਿਓ, ਕਿਨੈਟਿਕ ਐਨਰਜੀ ਦੀ ਵੈਲਿਊ ਆ ਜਾਣੀ। ਇਹ ਆਣੀ ਜਾਊਲ ਚ, ਤੇ ਅਸੀਂ ਇਹਨੂੰ ਕਨਵਰਟ ਕਰਨਾ ਕਿਲੋ ਇਲੈਕਟ੍ਰੋਨ ਵੋਲਟ। ਇਹਨਾਂ ਇਹਨੂੰ ਲਾਸਟ ਥੱਲੇ 1.6×10⁻¹⁶, ਠੀਕ ਹੈ। ਕਿਲੋ ਆ ਤੇ ਕਿਲੋ ਦੀ 3 ਪਾਵਰ ਐਡਜਸਟ ਹੋ ਜਾਣੀ ਹੈ, ਠੀਕ ਹੈ। ਇੱਥੇ ਦੇਖੋ ਐਸ ਐਚ ਐਨਰਜੀ ਕਿਲੋ ਇਲੈਕਟ੍ਰੋਨ ਵੋਲਟ ਆ ਗਈ। ਯਾਨੀ ਆ ਫਾਰਮੂਲਾ ਲੱਗਣਾ। ਕਿਆ ਇਹਨਾਂ ਕਲੀਅਰ? ਯੈਸ ਸਰ। ਯੈਸ ਸਰ। ਚਲੋ ਸੈਕਿੰਡ ਨੰਮੈਰੀਕਲ ਪੜ੍ਹੋ ਜੀ ਇੱਕ ਵਾਰੀ ਸਟੇਟਮੈਂਟ ਉਹਦੀ, ਫਿਰ ਮੈਂ ਐਕਸਪਲੇਨ ਕਰਦਾ ਉਹਨੂੰ ਜਲਦੀ ਜਲਦੀ। ਸਰ। ਹਾਂਜੀ ਬੱਚੇ। 10⁻¹⁹ ਨਹੀਂ ਆਊਗਾ? -9 ਕਿਲੋ ਇਲੈਕਟ੍ਰੋਨ ਹੈਗਾ, ਉਹ ਇਲੈਕਟ੍ਰੋਨ ਵੋਲਟ ਆ, ਆਪਾਂ ਨੂੰ ਕਿਲੋ ਇਲੈਕਟ੍ਰੋਨ ਵੋਲਟ ਕਿਹਾ ਉਹਨੇ। ਯੈਸ ਸਰ। ਪਰ ਗੁਰਲੀਨ, ਦੋ ਗੁਰਲੀਨ ਕੌਣ ਆ? ਗੁਰਲੀਨ ਤੇਰੀ ਬੇਟਾ ਆਈਡੀ ਚੈੱਕ ਕਰ ਕਿਹੜੀ ਇਹਨਾਂ ਚੋਂ? ਸਰ ਮੇਰੀ ਆ ਵਾਲੀ ਆ। ਹਾਂ ਪੁੱਤ।
गुरलीन थोड़ी आईडी केड़ी है? ओके सर, जेड़े लेटर्स दूसरी तरह लिखे हुए हैं। ओके लिस्ट चेक जरूर कर लिया करो। हमने कोई कमल, कमल कौन है बच्चे? सर मैं कमल। कमल कौन है पुत्र? कमल वीर। हाँ जी सर मैं हूँ। अच्छा बेटा चलो नेक्स्ट स्टेटमेंट पढ़ के रखो। दो तीन जने लिस्ट जड़ी ना वारी वारी चेक कर लिया करो बेटा। चलो सेकंड अमेरिकल से का अपने को प्रोटोन इज ट्रैवलिंग विद हॉरिजॉन्टल वेलोसिटी 2.5 × 10⁸ सेंटीमीटर पर सेकंड। ठीक है, प्रोटोन अपनी उदी वेलोसिटी गिवन है, सीजीएस यूनिट गिवन है, कैलकुलेट द ट्रांसवर्स, ट्रांसवर्स का मतलब परपेंडिकुलर, कैलकुलेट द परपेंडिकुलर डिफ्लेक्शन इन ट्रैवलिंग हॉरिजॉन्टल डिस्टेंस एक्स इक्वल टू 5 सेंटीमीटर इन इलेक्ट्रिक फील्ड ऑफ ई वाई इक्वल टू 400 वोल्ट पर सेंटीमीटर। जो सब तो पहला टॉपिक इस चैप्टर का पढ़िया मोशन ऑफ द चार्ज पार्टिकल इन इलेक्ट्रिक फील्ड, स्टेटमेंट के सारे वर्ड उन्होंने ही जस्टिफाई कर रहे हैं। मैं एक बार पहले फिगर एक्सप्लेन कर रहा हूँ। अपने न्यूमेरिकल से क्या वा कि तुसी एक रीजन के अंदर इलेक्ट्रिक फील्ड अपलाई किया और इलेक्ट्रिक फील्ड वाई एक्सिस के अपलाइड है, इलेक्ट्रिक फील्ड वाई एक्सिस के अपलाइड है और ये अंदर एक प्रोटोन एक्स एक्सिस के अराउंड चलता पे, यानी कि प्रोटोन इसे एंटर करता वा और इना प्लेट का गैप जिहड़ा हैगा प्लेट की लेंथ जिहड़ी हैगी आ वो 5 सेंटीमीटर ते जदों चार्ज पार्टिकल प्लस क्यू कूलम वाला इहदे विच दी मूव करेगा उन्हें क्या उहदी ट्रांसवर्स डिफ्लेक्शन, ट्रांसवर्स डिफ्लेक्शन का मतलब है उहदी वाई एक्सिस दे अलोंग डिफ्लेक्शन किन्नी, एक्स तो चलता चलता वाई वन डिफ्लेक्ट होया वा, यानी पार्टिकल का पाथ जिहड़ा होएगा कुछ इस बिना निकलना होगा। प्रोटोन दे ट्रैवल करन दी हॉरिजॉन्टल वेलोसिटी गिवन आ, यानी पार्टिकल दे हॉरिजॉन्टल डायरेक्शन च वी एक्स गिवन आ। ठीक है, उस तो बाद जो उन्हें डिस्टेंस ट्रैवल करना वो मेरे को 5 सेंटीमीटर है एक्स एक्सिस दे लॉन्ग और जो इस रीजन च इलेक्ट्रिक फील्ड अप्लाइड है वो वैल्यू 400 वोल्ट ओवर 10⁻²⁰ मीटर, यानी इलेक्ट्रिक फील्ड की वैल्यू 4×10⁴ वोल्ट पर मीटर गिवन। ठीक है, इलेक्ट्रिक फील्ड आ गया, उस तो बाद मास ते कहंदा जी अपने कोल बाकी वेरिएबल है ते वेलोसिटी दी वैल्यू अपने कोल गिवन है जेडी x x दे अलोंग वो हैगी जी 2.5 × 10⁸ ठीक है सेंटीमीटर पर सेकंड का यूनिट कन्वर्ट पहले ही कर लो इनटू 10⁻²⁰ मीटर पर सेकंड, वेलोसिटी बन गई 2.5 × 10⁻⁶ मीटर पर सेकंड, ये अपना vx आ गया। प्रोटोन क्या वा इसलिए मास ऑफ प्रोटोन ते चार्ज ऑफ प्रोटोन नोन आ, वेलोसिटी साड़ी ए एक्स एक्सिस वाली आ, ठीक है इलेक्ट्रिक फील्ड सा वाई एक्सिस वाला, यानी जे इसे फॉर्मूले को अपन लिख लिए तो अपने को कंडीशन ये होएगी वी नो दैट एक्स स्क्वायर इक्वल टू 2mv x स्क्वायर ओवर क्यू इनटू ई वाई इनटू वाई। क्या फॉर्मूला क्लियर है? फॉर्मूला
ਫਾਰਮੂਲਾ ਕਲੀਅਰ ਆ ਸਾਰਿਆਂ ਨੂੰ ਯੈਸ ਸਰ ਯੈਸ ਸਰ y ਕੱਢਣਾ ਤੇ y ਦਾ ਫਾਰਮੂਲਾ ਆਪਣਾ ਬਣ ਜਾਣਾ x ਸਕੁਅਰ ਇਨਟੂ q e y ਕੋਵਰ ਆ ਜਾਏਗਾ ਆਪਣੇ ਕੋ 2 m ਇਨਟੂ v x ਸਕੁਅਰ ਤੇ ਇਸ ਫਾਰਮੂਲੇ ਦੇ ਅਕੋਰਡਿੰਗਲੀ ਆਪਣੇ ਵੇਰੀਏਬਲ ਪੁੱਟ ਅਪ ਕਰਕੇ ਦੇਖੋ x 5 ਸੈਂਟੀਮੀਟਰ ਆ ਚੇਂਜ ਕਰ ਲਾਂਗੇ ਪ੍ਰੋਟੋਨ ਦਾ ਚਾਰਜ ਸੇਮ ਐਸ ਇਲੈਕਟ੍ਰੋਨ ਆ ਗਿਆ ਇਲੈਕਟ੍ਰਿਕ ਫੀਲਡ y ਐਕਸਿਸ ਤੇ ਆਪਣੇ ਕੋਲ ਗਿਵਨ ਹੈਗਾ ਠੀਕ ਹੈ ਮਾਸ ਆਫ ਪ੍ਰੋਟੋਨ ਨੋਨ ਹੈਗਾ ਆਪਣੇ ਕੋਲ ਤੇ vx ਵੈਲੋਸਿਟੀ ਅਲੋਂਗ ਦਾ x ਐਕਸਿਸ ਆਪਣੇ ਕੋਲ ਕੁਐਸਚਨ ਚ ਗਿਵਨ ਇਹ ਚ ਵੇਰੀਏਬਲ ਪੁੱਟ ਅਪ ਕਰ ਦੋ ਤੇ ਡਾਇਰੈਕਟ ਆਪਣੀ ਵੈਲਿਊ ਬਣ ਜੂ ਹੋ ਜੂ ਯੈਸ ਸਰ ਯੈਸ ਸਰ ਚਲ ਨੈਕਸਟ ਪੜੋ ਜੀ ਥਰਡ ਦੀ ਸਟੇਟਮੈਂਟ एक बार स्टेटमेंट पढ़ दो फिर शुरू करिए लिस्ट चेक करिए जरा हाँ जी करिए शुरू अगला थर्ड न्यूमेरिकल जो ने अपन ने किया स्ट्रीम ऑफ इलेक्ट्रॉन ट्रैवलिंग विद ए वेलोसिटी ऑफ 3 इनटू 10 रेज टू पावर 7 मीटर इज डिफ्लेक्टेड इन पासिंग थ्रू एन इलेक्ट्रिक फील्ड ऑफ 1800 वोल्ट पर मीटर परपेंडिकुलर टू इट्स पाथ सेम ऐसे क्वेश्चन आप फिर रिलेट किया उन्होंने कि इलेक्ट्रॉन दी बीम है कि जो ट्रैवल करती पई कितनी वेलोसिटी नो गिवन आ और वो परपेंडिकुलर टू इलेक्ट्रिक फील्ड मूव करती पई अपने पाथ तो डिफ्लेक्ट हो जाता इनी गल समझ लग रही yes, sir. Yes, sir. रेडियस ऑफ डिफ्लेक्टेड बीम ਹੁਣ ਪਾਰਟੀਕਲ ਨੂੰ ਉਹਦੇ ਪਾਥ ਤੋਂ ਜਿਹੜਾ ਡਿਫਲੈਕਟ ਕੀਤਾ ਉਹਦਾ ਰੇਡੀਅਸ ਉਹਨੇ ਕਿਹਾ 3 ਮੀਟਰ ਆ ਦੈਨ ਕੈਲਕੂਲੇਟ ਦਾ ਸਪੈਸਿਫਿਕ ਚਾਰਜ ਵਿਚ ਇਜ਼ ਦਾ ਰੇਸ਼ੋ ਆਫ ਚਾਰਜ ਬਾਈ ਮਾਸ ਉੱਥੇ ਇੱਕ ਚੇਂਜ ਆਈ ਇਸ ਕੁਐਸਚਨ ਨਾਲੋਂ ਉਹ ਸਮਝ ਲਿਓ ਗੱਲ ਧਿਆਨ ਨਾਲ ਉਹਨੇ ਇਸ ਨਿਊਮੈਰੀਕਲ ਜੇ ਆਪਾਂ ਨੂੰ ਕੀ ਕਿਹਾ ਵਾ ਪਾਰਟੀਕਲ ਜਿਹੜੇ ਪਾਥ ਤੇ ਮੂਵ ਕਰੇਗਾ ਹਨਾ ਉਹ ਪਾਥ ਮੇ ਕੋਲ ਐਸ ਐਸ ਜਿਹੜੇ ਕਹਿੰਦੇ ਜੀ ਪੈਰਾਬੋਲਿਕ ਪਾਥ ਬਣੇ ਉਹਨੇ ਕਿਹਾ ਇਸ ਪੈਰਾਬੋਲਿਕ ਪਾਥ ਦਾ ਰੇਡੀਅਸ ਜਿਹੜਾ ਹੋਏਗਾ ਯਾਨੀ ਇਹ ਆਪਣੇ ਸਟ੍ਰੇਟ ਪਾਥ ਤੋਂ ਜਿਹੜੀ ਆ ਕਰਵੇਚਰ ਤੇ ਗਿਆ ਇਹਦਾ ਆ ਜਿਹੜਾ ਰੇਡੀਅਸ ਕੁਝ ਬਣੇਗਾ ਇਹ ਕੈਲਕੂਲੇਟ ਕਰੋ ਕਿੰਨਾ ਆਪਾਂ ਰੇਡੀਅਸ ਵਾਲੀ ਗੱਲ ਨੂੰ ਇੱਥੇ ਫੇਰ ਦੁਆਰਾ ਲਿੰਕ ਕਰੀਏ ਤੇ ਆਪਾਂ ਇੱਥੇ ਕਿਹਾ ਸੀ ਜੇ ਚਾਰਜ ਪਾਰਟੀਕਲ ਸਰਕਲ 'ਚ ਘੁੰਮਣਾ ਸ਼ੁਰੂ ਹੋਇਆ ਮੈਗਨੈਟਿਕ ਫੀਲਡ ਦੇ ਇਨਫਲੂਐਂਸ ਤੇ ਇਹਦਾ ਮਤਲਬ ਇਹ ਹੋਏਗਾ ਪਾਰਟੀਕਲ ਨੂੰ ਜਿੰਨੀ ਸੈਂਟਰੀਪੈਟਲ ਫੋਰਸ ਚਾਹੀਦੀ ਆ ਉਹ ਮੈਗਨੈਟਿਕ ਫੋਰਸ ਨੇ ਦਿੱਤੀ ਤੇ ਹੁਣ ਮੈਗਨੈਟਿਕ ਨਹੀਂ ਹੈਗਾ ਉਹਨੇ ਆਪਣੇ ਕੁਐਸਚਨ 'ਚ ਕਿਹਾ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਅੰਡਰ ਆ ਔਰ ਕਰਵੇਚਰ ਤੇ ਮੂਵ ਕਰਦਾ ਵੇ ਤੇ ਫਿਰ ਕਰਵੇਚਰ ਤੇ ਮੂਵ ਕਰਨ ਲਈ ਜਿਹੜੀ ਉਹਨੂੰ ਸੈਂਟਰੀਪੈਟਲ ਫੋਰਸ ਚਾਹੀਦੀ ਆ ਉਹ ਇਲੈਕਟ੍ਰਿਕ ਫੀਲਡ ਨੇ ਦੇਣੀ ਇਹਦਾ ਮਤਲਬ ਜਿਹੜੀ ਕੁਐਸਚਨ ਚ ਮੇਨ ਇਕੁਅਲ ਕੰਡੀਸ਼ਨ ਆ ਉਹ ਆ ਹੋਏਗੀ ਵੀ ਨੋ ਦੈਟ ਫੋਰਸ ਰਿਕੁਆਇਰਡ ਟੂ ਮੂਵ ਔਨ ਅ ਕਰਵੇਚਰ ਠੀਕ ਹੈ ਇਹਦੇ ਇੱਕ ਵਰਡ ਐਡ ਕਰ ਲੈਨੇ ਵੀ ਨੋ ਦੈਟ ਸੈਂਟਰੀਪੈਟਲ ਫੋਰਸ ਰਿਕੁਆਇਰਡ to move on a curvature is given by electric force again magnetic force ki hun is question de vich charge particle electric field de andar curvature de move kita va te therefore condition e aa jayegi f e should be equal to fc kya aa line samajh lagi yes sir yes sir yani put up kariye te f e sada q t de equal a aur fc me kol mv square by r ਯਾਨੀ ਇਥੋਂ r ਨਿਕਲ ਲਈ ਇਥੋਂ r ਦੀ ਫਾਰਮੂਲਾ ਬਣ ਗਿਆ mv² / b² ਤੇ ਇਸ ਫਾਰਮੂਲੇ ਦੇ ਅਕੋਰਡਿੰਗਲੀ ਆਪਾਂ ਨੂੰ ਮਾਸ ਆਫ ਇਲੈਕਟ੍ਰੋਨ ਤੇ ਚਾਰਜ ਆਫ ਇਲੈਕਟ੍ਰੋਨ ਤੇ ਪਤਾ ਹੀ ਆ ਦੋ ਵੇਰੀਏਬਲ ਚਾਹੀਦੇ ਇੱਕ ਵੈਲੋਸਿਟੀ ਤੇ ਇੱਕ ਮੈਗਨੈਟਿਕ ਫੀਲਡ ਕੁਐਸਚਨ ਚ ਦੋਨੋਂ ਗਿਵਨ ਠੀਕ ਹੈ ਵੈਲੋਸਿਟੀ ਆਪਣੇ ਕੋਲ ਗਿਵਨ ਸੀਗੀ ਇਲੈਕਟ੍ਰੋਨ ਦੀ v ਆਪਣੇ ਕੋਲ ਕਿ 7 ਮੀਟਰ ਪਰ ਸੈਕਿੰਡ ਔਰ ਉਸ ਤੋਂ ਬਾਅਦ ਮੈਗਨੈਟਿਕ ਫੀਲਡ ਤੁਹਾਡੇ ਕੋਲ ਗਿਵਨ ਸੌਰੀ
इलेक्ट्रिक बिल थोड़े को गिवन से का 1800 वोल्ट पर मीटर आ ई आ क्यू ई आ ना गलती ना बी पाता से क्लियर है जी उतने वेरिएबल क्लियर है बच्चे यस सर चलो फोर्थ न्यूमेरिकल है का सॉरी 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 एक चीज रह गई अपना रेडियस नहीं कटना एक मिनट मैंने गलती लग गई बोलिया भी नहीं कोई है ना नलैको कोटे खानी है उन्हें रेडियस नहीं क्या उन्हें स्पेसिफिक चार्ज किया हुआ यानी तो चार्ज क्यू बाय एम कटना हुआ तुझे तो क्यू बाय एम का फॉर्मूला तो अड़गुले तो बात जाना ये तो Q by M का फॉर्मूला अपना लो फॉर्मूला अपना है ना V square by R into E आप फॉर्मूला बनाए कि वेलोसिटी देख के इलेक्ट्रिक तो एक रेडियस रेडियस अपने क्वेश्चन से गिवन से क्या रेडियस ऑफ डिफ्लेक्टेड बीम 3 meter कोई क्लियर है थर्ड यस सर तुझे पहले भी यस सर क्या जाने की वेरिएबल हो तो होर निकलना और किसी ने ध्यान नहीं देता गलती ना होते होगा रेडियस कर देता तो तुसी उत्ते भी ऐसा ही किया ध्यान ना पड़ेगा करो बेटा ये स्टेटमेंट पढ़ रहे हो उत्ते ते ध्यान ना पढ़ो बच्चे मैंने उत्ते वेरिएबल को लेके अपन फाइंड आउट की करना मैं रेडियस के अकॉर्डिंग नहीं काट रहे हैं तो तुसी दामी वही कह रहे हां जी ठीक है कटना आप स्पेसिफिक चार्ज चलो फोर्थ न्यूमेरिकल हैगा एन इलेक्ट्रॉन इज मूविंग ड्यू एक बार पढ़ लो स्टेटमेंट फिर मैं बोल दूं हाँ जी पढ़ लिया बच्चे यस सर यस सर चलो फोर्थ न्यूमेरिकल एक गिवन सिगा एन इलेक्ट्रॉन इज मूविंग साउथवर्ड विद ए वेलोसिटी 1.5×10⁻⁷ m/s इन ए मैग्नेटिक फील्ड ऑफ 2 tesla व्हिच इज डायरेक्टेड वेस्टवर्ड ठीक है पार्टिकल थोड़ा इलेक्ट्रॉन साउथ वाली डायरेक्शन चा और मैग्नेटिक फील्ड वेस्ट वाली डायरेक्शन चा आ गया कैलकुलेट द फोर्स इंस्टेंटेनियस फोर्स एक्टिंग ऑन द इलेक्ट्रॉन चार्ज ऑन एन इलेक्ट्रॉन अपने को गिवन तो जे नु फिगर वाइज चलिए बेटा तो ऐसे जो अपने क्वेश्चन जो ने आप उन्होंने डिफाइन किया कि इस तरह डायरेक्शन लिए साउथ ईस्ट नॉर्थ ते वेस्ट अपने क्वेश्चन जो ने क्या वा इलेक्ट्रॉन जेड़ा सेगा वो मूव करता पे साउथ डायरेक्शन च ठीक है इलेक्ट्रॉन साउथ डायरेक्शन च मूव करता पे और इलेक्ट्रॉन दे मूव करने दी वेलोसिटी गिवन है 1.5×10⁻⁷ m/s इलेक्ट्रॉन दे मूव करने दी वेलोसिटी आ गई उस तो बाद उन्हें क्या जी मैग्नेटिक फील्ड अप्लाई किया वेस्टवर्ड डायरेक्शन च ठीक है और मैग्नेटिक फील्ड 2 tesla इस डायरेक्शन च मैग्नेटिक फील्ड हैगा जिहदी स्ट्रेंथ 2 tesla ते इस इलेक्ट्रॉन दे उत्ते जिहड़ा इस साइड नूं मूव करदा पिया इहदे तों क्या जी फोर्स कटो किहड़ा फार्मूला लावांगे फोर्स दा जल्दी जल्दी क्यूवीबी उच्ची बोलो जिहड़ा भी बोल रहा QVB पूरा फॉर्मूला था sin 90 और जो फोर्स कैलकुलेट करोगे उसकी डायरेक्शन किधर नु आएगी वो बोलो डायरेक्शन केड़े रूल ना कटांगे सर अपवर्ड आऊगी केड़े रूल ना लेफ्ट हैंड फ्लेमिंग रूल फ्लेमिंग लेफ्ट हैंड रूल और ਇਹਦੇ ਅਕੋਰਡਿੰਗਲੀ ਜੇ ਆਪਾਂ ਇੱਥੇ ਰੂਲ ਅਪਲਾਈ ਕਰਨਾ ਤੇ ਇੱਕ ਗੱਲ ਪਹਿਲਾਂ ਦਿਮਾਗ 'ਚ ਐਂਟਰ ਕਰਾਵੋ ਠੀਕ ਹੈ ਜੀ ਕਿ ਵੀ ਆਪਣੇ ਕੋਲ ਆ ਫਸਟ ਫਿੰਗਰ ਕਿਹਦੀ ਹੁੰਦੀ ਆ ਮੈਗਨੈਟਿਕ ਫੀਲਡ ਸੈਕੰਡ ਫਿੰਗਰ ਕਿਹਦੀ ਆ ਚਾਰਜ ਮੋਸ਼ਨ ਆਫ ਪੋਜ਼ਿਟਿਵ ਚਾਰਜ ਮੋਸ਼ਨ ਆਫ ਪੋਜ਼ਿਟਿਵ ਚਾਰਜ ਤੇ ਫਿਰ ਆ ਥੰਬ ਮੇਰਾ ਫੋਰਸ ਆ ਹੁਣ ਆਪਣਾ ਇਸ ਮੂਮੈਂਟ ਤੇ ਜਿਹੜਾ ਮੈਗਨੈਟਿਕ ਫੀਲਡ ਹੈਗਾ ਜੇ ਇਹਦੀ ਡਾਇਰੈਕਸ਼ਨ ਮੈਗਨੈਟਿਕ ਫੀਲਡ ਆਪਣੇ ਕੋਲ ਲੱਗਦਾ ਪਿਆ ਜੀ ਕਿਸ ਸਾਈਡ ਨੂੰ ਟੁਵਰਡਸ ਦਾ ਵੈਸਟ ਡਾਇਰੈਕਸ਼ਨ ਆ ਫਿੰਗਰ ਮੇਰੀ ਜਿਹੜੀ ਹੋਏਗੀ ਇਹ ਪੋਜ਼ਿਟਿਵ ਚਾਰਜ ਦੀ ਡਾਇਰੈਕਸ਼ਨ ਆ
ਤੇ ਇਹਨਾਂ ਆਪਣਾ ਨੈਗੇਟਿਵ ਚਾਰਜ ਜੇ ਸਾਊਥ ਨੂੰ ਜਾ ਰਿਹਾ ਤੇ ਮਨ ਪੋਜ਼ਿਟਿਵ ਚਾਰਜ ਮੇਰਾ ਐਸ ਐਚ ਨਾਰਥ ਨੂੰ ਜਾਊ ਯੈਸ ਸਰ ਮੇਰੇ ਹੱਥ ਤੋਂ ਬਣੇਗਾ ਆ ਚੀਜ਼ ਬਣੂਗੀ ਯੈਸ ਸਰ ਇਹਦਾ ਮਤਲਬ ਕੋਲ ਇਸ ਮੂਮੈਂਟ ਤੇ ਆ ਸਾਊਥ ਵਾਲੀ ਵੈਸਟ ਵਾਲੀ ਡਾਇਰੈਕਸ਼ਨ ਚ ਮੈਗਨੈਟਿਕ ਫੀਲਡ ਆ ਪੋਜ਼ਿਟਿਵ ਚਾਰਜ ਉੱਪਰ ਨੂੰ ਆ ਤੇ ਇਸ ਚਾਰਜ ਦੇ ਉੱਤੇ ਫੋਰਸ ਜਿਹੜੀ ਉਹ ਆਊਟਵਰਡ ਆ ਜੇ ਪੋਜ਼ਿਟਿਵ ਚਾਰਜ ਹੁੰਦਾ ਫੋਰਸ ਆਊਟਵਰਡ ਆ ਤਾਂ ਆਪਣਾ ਚਾਰਜ ਹੈਗਾ ਨੈਗੇਟਿਵ ਤੇ ਜੇ ਚਾਰਜ ਨੈਗੇਟਿਵ ਆ ਤੇ ਫੋਰਸ ਇਨਵਰਡ ਹੋਏਗੀ ਯੈਸ ਸਰ ਯੈਸ ਸਰ ਕੀ ਗੱਲ ਸਮਝ ਲੱਗ ਰਹੀ ਬੱਚੇ ਡਾਇਰੈਕਸ਼ਨ ਜ਼ਰੂਰ ਧਿਆਨ ਨਾਲ ਸਮਝਣ ਵਾਲੀ ਚੀਜ਼ ਆ ਬਾਰ ਬਾਰ ਕਹਿ ਰਿਹਾ ਕਿ ਜਦੋਂ ਤੁਸੀਂ ਡਾਇਰੈਕਸ਼ਨ ਅਪਲਾਈ ਕਰਦੇ ਹੋ ਤੇ ਇਸ ਮੂਮੈਂਟ ਦੇ ਆ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਵੈਸਟ ਵੱਲ ਨੂੰ ਆ ਯਾਨੀ ਆ ਵੈਸਟ ਡਾਇਰੈਕਸ਼ਨ ਦੇ ਵਿੱਚ ਮੇਰੇ ਕੋਲ ਆ ਮੈਗਨੈਟਿਕ ਫੀਲਡ ਆ ਆ ਫਿੰਗਰ ਮੇਰੀ ਪੋਜ਼ਿਟਿਵ ਚਾਰਜ ਆ ਉਹਨੇ ਕਿਹਾ ਜੀ ਇਲੈਕਟ੍ਰੋਨ ਜਿਹੜਾ ਆਪਣੇ ਕੋਲ ਸਾਊਥ ਵੱਲ ਚੱਲ ਰਿਹਾ ਤੇ ਜੇ ਇਲੈਕਟ੍ਰੋਨ ਸਾਊਥ ਵੱਲ ਤੇ ਪੋਜ਼ਿਟਿਵ ਚਾਰਜ ਉੱਪਰ ਨੂੰ ਆ ਰਹੇ ਆ ਤੇ ਪੋਜ਼ਿਟਿਵ ਚਾਰਜ ਤੇ ਜਿਹੜੀ ਡਾਇਰੈਕਸ਼ਨ ਫੋਰਸ ਦੀ ਹੋਏਗੀ ਪੋਜ਼ਿਟਿਵ ਚਾਰਜ ਤੇ ਜਿਹੜੀ ਡਾਇਰੈਕਸ਼ਨ ਫੋਰਸ ਦੀ ਹੋਏਗੀ ਉਹ ਐਸ ਸੱਚ ਮੇਰੇ ਕੋਲ ਇਸ ਮੂਮੈਂਟ ਤੇ ਇਸ ਪਲੇਨ ਦੇ ਆਊਟਵਰਡ ਲੱਗਦੀ ਪਈ ਹੈ ਇਹਦਾ ਮਤਲਬ ਜੇ ਪੋਜ਼ਿਟਿਵ ਤੇ ਆਊਟਵਰਡ ਨਿਕਲਦੀ ਪਈ ਆ ਤੇ ਨੈਗੇਟਿਵ ਤੇ ਇਨਵਰਡ ਹੋਏਗੀ ਯੈਸ ਸਰ ਇਸ ਲਈ ਫੋਰਸ ਯੈਸ ਸਰ ਇਨਵਰਡ ਆ ਤੇ ਫਾਰਮੂਲਾ ਜਿਹੜਾ ਲੱਗਣਾ ਆਪਣੇ ਕੋਲ ਫੋਰਸ ਵਾਸਤੇ ਉਹ ਲੱਗ ਜਾਣਾ ਜੀ BQV sin 90 ਠੀਕ ਹੈ sin 90 ਬਣ ਆ ਜਾਏਗਾ ਤੇ ਫੋਰਸ ਦਾ ਫਾਰਮੂਲਾ ਆਪਣੇ ਲਈ ਰਹਿ ਗਿਆ BQV ਇਹਨਾਂ ਕਲੀਅਰ ਆ ਉਹ ਤੇ ਇੰਨਾ ਕਲੀਅਰ ਆ ਸਾਰਿਆਂ ਨੂੰ ਯੈਸ ਸਰ ਚਲੋ ਇਸ ਤੋਂ ਬਾਅਦ ਦੇਖੋ 5th ਨੂਮੈਰੀਕਲ ਉਹਦੀ ਸਟੇਟਮੈਂਟ ਪੜੋ ਇੱਕ ਵਾਰੀ ਯਾਨੀ ਇਲੈਕਟ੍ਰੋਨ ਇਸ ਡਿਸਕ੍ਰਾਈਬਿੰਗ ਨੂਮੈਰੀਕਲ ਸ਼ੀਟ ਸਾਰਿਆਂ ਕੋ ਹੈਗੀ ਹੈ ਨਾ ਯੈਸ ਯੈਸ ਸਰ ਇਦਾਂ ਦਾ ਨਾ ਕੋਈ ਹੋਵੇ ਜਿਹੜਾ ਮੁੜ ਕੇ ਕਵੇ ਸਰ ਮੇਕੋ ਹੈ ਨਹੀਂ ਕੋਈ ਹੈਗਾ ਇਦਾਂ ਦਾ ਰਾਹੁਲ ਸਟੇਟਮੈਂਟ ਪੜ ਲਈ ਰਾਹੁਲ ਥਾਪਰ ਸਟੇਟਮੈਂਟ ਪੜ ਲਈ ਨਹੀਂ ਸਰ ਕਿਉਂ ਸਰ ਨੂਮੈਰੀਕਲ ਸ਼ੀਟ ਨਹੀਂ ਆ ਮੇਰੇ ਤੋਂ ਕਮਲ ਸਟੇਟਮੈਂਟ ਪੜ ਲਈ ਸਰ ਮੈਂ ਤੁਹਾਨੂੰ ਕਿਹਾ ਨਹੀਂ ਹੈ ਸਰ ਹਾਂਜੀ ਸਰ ਮੈਂ ਕਿਹਾ ਮੈਂ ਤੁਹਾਨੂੰ ਨਹੀਂ ਹੈ ਜੀ ਕੀ ਕਿਹਾ ਤੂੰ ਸਰ ਸ਼ੀਟ ਹੈ ਨਹੀਂ ਮੈਂ ਤੋਂ ਕ੍ਰਿਸ਼ਨਾ ਸਟੇਟਮੈਂਟ ਪੜ ਲਈ ਯੈਸ ਸਰ ਹੁਣ ਭਾਸ਼ਣ ਦੇਣ ਵਾਲੀ ਗੱਲ ਆ ਰਾਹੁਲ ਤੇ ਰਾਹੁਲ ਤੇ ਦੂਜਾ ਕਮਲ ਕੈਮਰਾ ਆਨ ਕਰੋ ਜ਼ਰਾ ਬਾਕੀ ਜਾਣੇ ਸਟੇਟਮੈਂਟ ਪੜੋ ਤੇ ਵੇਰੀਏਬਲ ਲਿਖ ਕੇ ਉਹਨੂੰ ਸੋਲਵ ਕਰੋ ਜ਼ਰਾ ਮੈਂ 2 ਮਿੰਟ ਇਹਨਾਂ ਨਾਲ ਲਾ ਲਵਾਂ ਕਮਲ ਕੈਮਰਾ ਆਨ ਕਰ ਰਾਹੁਲ ਕੈਮਰਾ ਆਨ ਕਰ ਕਮਲ ਨਾ ਤੇਰਾ ਕੈਮਰਾ ਆਨ ਹੋਇਆ ਤੇ ਨਾ ਰਾਹੁਲ ਥਾਪਰ ਤੇਰਾ ਹੋਇਆ ਕਮਲ ਕੈਮਰਾ ਆਨ ਨਹੀਂ ਹੋਇਆ ਅਜੇ ਰਾਹੁਲ ਥਾਪਰ ਜੀ ਮੈਨੂੰ ਹੁਣ ਦੱਸੋ ਇਹਨਾਂ ਦੇ ਵਿੱਚ ਕਰਾਂ ਸਾਰਿਆਂ ਦੇ ਵਿੱਚ ਹੀ ਬੇਇੱਜ਼ਤੀ ਕਰਾਂ ਕਿ ਕੱਲ ਸਵੇਰੇ ਕਰਾਂ ਨਹੀਂ ਸਰ ਕੱਲ ਸਵੇਰੇ ਕੱਲ ਸਵੇਰੇ ਸਰ ਦੋਨੋਂ ਜਣੇ ਕੈਮਰਾ ਆਨ ਕਰੋ ਪਹਿਲਾਂ ਸਰ ਕੈਮਰਾ ਆਨ ਕੀਤਾ ਤੇ ਮੀਟਿੰਗ ਰਿਸੈਟ ਹੋ ਗਈ ਰਾਹੁਲ ਯਾਰ ਚਾਹ ਕਿ ਕਿੱਧਰ ਨਾ ਹੋ ਗਿਆ ਮੈਂ ਪਿਛਲੇ ਕਿੰਨੇ ਮਿੰਟ ਤੋਂ ਬਾਰ ਬਾਰ ਰੌਲਾ ਪਾ ਰਿਹਾ ਕਿ ਸ਼ੀਟ ਹੈਗੀ ਸਾਰਿਆਂ ਕੋਲ ਸ਼ੀਟ ਹੈਗੀ ਕਿਆ ਤੁਹਾਡੇ ਦੋਨਾਂ ਚੋਂ ਇੱਕ ਵਾਰੀ ਵੀ ਕੋਈ ਬੋਲਿਆ ਕਿ ਸਾਡੇ ਕੋਲ ਸ਼ੀਟ ਹੈ ਨਹੀਂ ਕੀ ਪਤਾ ਮੈਂ ਤੁਹਾਡੇ ਕਰਕੇ ਪੁੱਛਦਾ ਪਿਆ ਹਾਂ
ਮੈਨੂੰ ਇਹ ਦੱਸ ਦੋ ਦੋਨਾਂ ਜਾਣੇ ਕਿ ਤੁਸੀਂ ਇੱਕ ਵਾਰੀ ਵੀ ਕਿਹਾ ਕਿ ਸਰ ਸਾਡੇ ਕੋਲ ਸ਼ੀਟ ਹੈ ਨਹੀਂ। ਕਮਲ ਤੇ ਰਾਹੁਲ ਮੈਨੂੰ ਜਵਾਬ ਚਾਹੀਦਾ। ਨਹੀਂ ਨਹੀਂ ਕਿਹਾ। ਰਾਹੁਲ ਕੈਮਰਾ ਆਨ ਕਰ। ਤੁਸੀਂ ਇੱਕ ਵਾਰੀ ਵੀ ਕਿਹਾ ਸਾਡੇ ਕੋਲ ਸ਼ੀਟ ਹੈ ਨਹੀਂ। ਨਹੀਂ ਸਰ। ਹੁਣ ਮੈਨੂੰ ਇਹ ਦੱਸੋ ਕਿ ਵੀ ਸਾਰਿਆਂ ਦੇ ਵਿੱਚ ਬੋਲਾਂ ਤੁਹਾਨੂੰ ਕਿ ਕੱਲ ਸਵੇਰੇ ਲਾਵਾਂ ਕਲਾਸ। ਸਰ ਕੱਲ ਸਵੇਰੇ। ਸਾਰਿਆਂ 'ਚ ਬੇਇੱਜ਼ਤੀ ਹੋਣੀ ਨਾ, ਸਵੇਰੇ ਕਰੂੰ। ਹਾਂਜੀ ਸਰ। ਤਿਆਰ ਹੋ ਕੇ ਆਈਓ ਤੁਹਾਡੀ ਮੈਂ ਬੇਇੱਜ਼ਤੀ ਤੁਹਾਨੂੰ ਸਵੇਰੇ ਠੀਕ ਆ ਸਰ ਜੀ। ਮੈਂ 10 ਵਾਰੀ ਤੁਹਾਨੂੰ ਰੌਲਾ ਪਾ ਲਿਆ ਕਿ ਵੀ ਜੇ ਸ਼ੀਟ ਨਹੀਂ ਹੈਗੀ ਤੇ ਬੋਲ ਦਿਓ। ਸ਼ੀਟ ਮੈਂ ਕਿਸੇ ਨੂੰ ਕਹਿ ਕੇ ਤੁਹਾਨੂੰ ਗਰੁੱਪ 'ਚ ਥੱਲੇ ਭੇਜਾਂ ਵਾਪਸ। ਪਤਾ ਨੀ ਕੀ ਪੜ੍ਹਨ ਬੈਠੇ ਆ ਤੁਸੀਂ ਲੋਕ, ਬੇਵਕੂਫਾਂ ਵਾਲਾ ਕੰਮ। ਮੈਂ ਬਾਰ ਬਾਰ ਕਹੀ ਜਾਂਦਾ ਕਿ ਮਜਬੂਰੀ ਨਾਲ ਨਾ ਪੜ੍ਹੋ, ਜੇ ਪੜ੍ਹਨਾ ਤੇ ਆਪਣਾ ਦੱਬ ਕੇ ਪੜ੍ਹ ਲਓ। ਪਤਾ ਨੀ ਕੀ ਪੜ੍ਹਦੇ। ਮੈਂ ਜਦੋਂ ਬਾਰ ਬਾਰ ਤੁਹਾਨੂੰ ਕਹਿ ਰਿਹਾ ਸਾਰਿਆਂ ਨੂੰ ਕਿ ਵੀ ਆਪਣੀ ਸਟੇਟਮੈਂਟ ਪੜ੍ਹੋ, ਤੁਹਾਨੂੰ ਦੋਨਾਂ ਨੂੰ ਤਾਂ ਨਾਲ ਹੀ ਕਹਿ ਰਿਹਾ, ਤੁਸੀਂ ਸਵਾਹ ਪੜ੍ਹਦੇ ਪਏ ਫਿਰ ਤੁਸੀਂ ਕੁਛ ਬੈਠੇ, ਤੁਹਾਡੇ ਕੋਲ ਹੈ ਹੀ ਨਹੀਂ ਪੜ੍ਹਨ ਜੋਗੀ ਸਟੇਟਮੈਂਟ, ਤਾਂ ਤੁਸੀਂ ਕਿੱਥੋਂ ਪੜ੍ਹਨੀ ਸ਼ੀਟ ਤੋਂ। ਵੀ ਕਹਿ ਹੀ ਦਿਓ ਕਿ ਸਰ ਸ਼ੀਟ ਹੈ ਨਹੀਂ, ਕਿ ਸ਼ੀਟ ਭੇਜ ਦਿਓ। ਉਸ ਵੇਲੇ ਮੈਂ ਕਿਸੇ ਨਿਆਣੇ ਨੂੰ ਕਹਿ ਦੇਵਾਂ ਕਿ ਵੀ ਇਹਨਾਂ ਨੂੰ ਸ਼ੀਟ ਭੇਜ ਦੇ। ਕਮਲੇ ਵਾਲੇ ਕੰਮ ਤੁਹਾਡੇ।